ਕਾਨੂੰਨ ਦੇ ਜ਼ਰੀਏ ਦਿਫਾ ਕਰੋਗੇ ਫਿਰ ਜਦੋਂ ਤੁਹਾਡੇ ਤੇ ਕੋਈ ਇਸ ਤਰ੍ਹਾਂ ਦੀ ਗੁਫ਼ਤਗੂ ਕਰਦਾ ਹੈ ਉਹ ਕਹਿੰਦੀਆਂ ਨੇ ਕਿ ਮੁਆਸ਼ਰੇ ਦੇ ਵਿੱਚ ਕਾਨੂੰਨ ਦੇ ਜ਼ਰੀਏ ਤਬਦੀਲੀ ਨਹੀਂ ਸੋਚ ਦੇ ਜ਼ਰੀਏ ਤਬਦੀਲੀ ਆ ਸਕਦੀ ਹੈ ਜਦੋਂ ਲੋਕਾਂ ਦੇ ਵਿੱਚ ਇੱਕ ਇਤਰਾਮ ਦੀ ਸੋਚ ਬਣੇ ਤਦ ਤੇ ਇੱਕ ਇਹ ਜਿਹੜੀ ਤੁਸੀਂ ਗੱਲ ਕਰੋ ਇਹਦੇ ਵਿੱਚ ਬਿਲਕੁਲ ਹਸ਼ਵਨੀ ਸਾਹਿਬ ਇਸੇ ਤਰ੍ਹਾਂ ਗੱਲ ਹੈ ਕਿ ਜਿਹੜੇ ਕਾਨੂੰਨ ਬਣੇ ਵੀ ਹੋਏ ਨੇ ਸਾ ਹਰਾਸਮੈਂਟ ਦੇ ਜਾਂ ਉਹਦੇ ਵਿੱਚ ਇਸ ਤੇ ਥੋੜੀ ਜਿਹੀ ਇਮਰਾਨ ਗੱਲ ਕਰਨੇ ਸਾਊਦੀ ਅਰਬ ਦੀ ਕਾਲ ਲੈਣੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਵਾਲੇਕੁਮ ਸਲਾਮ ਇਸ਼ਵਾਨੀ ਸਾਹਿਬ ਔਰ ਇਮਰਾਨ ਸਾਹਿਬ ਦੋਨਾਂ ਨੂੰ ਸਲਾਮ ਔਰ ਪੂਰੀ ਕੌਮ ਨੂੰ ਸਲਾਮ ਬਹੁਤ ਮਿਹਰਬਾਨ ਮੈਂ ਕੁਝ ਕਹਿਣਾ ਆਪਾਂ ਨੂੰ ਅਮਰੀਕਾ ਦੀ ਜ਼ਰੂਰਤ ਨਹੀਂ ਹੈ ਅਮਰੀਕਾ ਨੂੰ ਆਪਣੀ ਜ਼ਰੂਰਤ ਹੈ ਅੱਛਾ ਕਿਉਂਕਿ ਅਮਰੀਕਾ ਚਾਹਣ ਤੁਹਾਨੂੰ ਪਤਾ ਹੈ ਜੇ ਵੀ ਪਾਕਿਸਤਾਨ ਤੋਂ ਬਗੈਰ ਪਾਕਿਸਤਾਨ ਤੋਂ ਬਗੈਰ ਮੈਂ ਅਫਗਾਨਿਸਤਾਨ ਚ ਅਮਨ ਨਹੀਂ ਕਰ ਸਕਦਾ ਨਹੀਂ ਰੱਖ ਸਕਦਾ ਕਿਉਂਕਿ ਆਪਾਂ ਕੁਛ ਵੀ ਹੁੰਦਾ ਸਿਰਫ ਅਮਰੀਕਾ ਅਮਰੀਕਾ ਕਰ ਰਿਹਾ ਆਪਾਂ ਨੂੰ ਚਾਹੀਦਾ ਹੈ ਚਾਹੇ ਨਾ ਆਪਣਾ ਦੋਸਤ ਹੈ ਨਾ ਆਪਣਾ ਇੰਡੀਆ ਦੋਸਤ ਹੈ ਨਾ ਅਮਰੀਕਾ ਦੋਸਤ ਹੈ ਨਾ ਆਪਣਾ ਨੈਟੋ ਦੋਸਤ ਹੈ ਨਾ ਆਪਣਾ ਇਸਰਾਇਲ ਦੋਸਤ ਹੈ ਲੇਕਿਨ ਸੋਚ ਲਓ ਥੋੜਾ ਸਾ ਪੂਰੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬਿਲਕੁਲ ਸੋਚ ਹੈ ਜੀ ਇਹ ਜਿਹੜੇ ਸਾਊਦੀ ਅਰਬ ਵਿੱਚ ਸਾਡੇ ਪਾਸ ਬੈਠੇ ਨੇ ਦੋਸਤ ਯਕੀਨਨ ਤੁਸੀਂ ਦੁਆ ਵੀ ਕਰਦੇ ਹੋ ਕਿ ਉਹ ਕਹਿੰਦੇ ਨੇ ਬਿਹਤਰੀਨ ਦੋਸਤ ਤੁਹਾਡਾ ਚਾਈਨਾ ਵੀ ਬਾਕੀ ਸਾਰੇ ਵਕਤੀ ਤੌਰ 'ਤੇ ਨੇ ਅਸੀਂ ਇੱਕ ਗੱਲ ਜਿਹੜੀ ਕਰ ਰਹੇ ਸੀ ਕਿ ਇਹ ਬੜਾ ਖਾਸ ਜਿਹੀ ਗੱਲ ਹੈ ਕਿ ਕਾਨੂੰਨ ਤੁਹਾਡੇ ਕੋਲ ਮੌਜੂਦ ਹੁੰਦੇ ਨੇ ਲੇਕਿਨ ਕਾਨੂੰਨ 'ਤੇ ਜਦੋਂ ਅਮਲ ਨਹੀਂ ਆਉਂਦਾ ਔਰ ਉਸ 'ਤੇ ਤੁਸੀਂ ਪ੍ਰੈਕਟੀਕਲੀ ਸੋਚ 'ਚ ਤਬਦੀਲੀ ਨਹੀਂ ਆਉਂਦੀ ਕਿਸ ਤਰ੍ਹਾਂ ਲਿਆਈਏ ਸੋਚ 'ਚ ਤਬਦੀਲੀ ਅਸੀਂ ਸਿਆਸਤਦਾਨਾਂ ਦੀ ਗੱਲ ਕਰੀਏ ਅਸੀਂ ਮੁਆਸ਼ਰੇ ਦੀ ਗੱਲ ਕਰੀਏ ਸੋਚ 'ਚ ਤਬਦੀਲੀ ਨਹੀਂ ਆਉਂਦੀ ਸਾਡੇ ਇਹ ਕੰਮ ਹੈ ਹਸ਼ਵਨੀ ਸਾਹਿਬ ਸਾਡੇ ਜਿਹੜੇ ਓਪੀਨੀਅਨ ਮੇਕਰਸ ਨੇ ਸਭ ਤੋਂ ਪਹਿਲੇ ਉਹਨਾਂ ਦਾ ਦੂਜੇ ਸਾਡੇ ਜਿਹੜੇ ਉਲਮਾ ਦੀਨ ਨੇ ਉਹਨਾਂ ਦਾ ਹੁਣ ਤੁਸੀਂ ਹਰਾਸਮੈਂਟ ਦੇ ਕੇਸ ਨੇ ਉਹਦੇ ਵਿੱਚ ਕੂਰਨ ਦਾ ਤੇ ਕੋਈ ਕੇਸ ਨਹੀਂ ਹੈ ਕਿ ਖਾਤੂਨ ਜਾ ਕੇ ਇਹ ਪਰਚਾ ਤਾਂ ਨਹੀਂ ਕਰਾ ਸਕਦੀ ਮਗਰ ਮੇਰੇ ਹਿਸਾਬ ਨਾਲ ਸ਼ਾਇਦ ਕੂਰਨ ਤੋਂ ਜ਼ਿਆਦਾ ਵੱਡੀ ਹਰਾਸਮੈਂਟ ਇੱਕ ਸੜਕ ਉੱਤੇ ਹੋਰ ਕਿਸੇ ਖਾਤੂਨ ਵਾਸਤੇ ਹੋ ਨਹੀਂ ਸਕਦੀ ਉਹ ਪਤਾ ਨਹੀਂ ਕਿਹੜੀ ਮਜਬੂਰੀ ਹੈ ਜ ਬਾਹਰ ਨਿਕਲੀ ਹੈ ਕਿਹੜੀ ਮਜਬੂਰੀ ਹੈ ਜ ਉਹਨੂੰ ਜੌਬ ਕਰਨੀ ਪੈ ਰਹੀ ਹੈ ਜਿਸ ਤਰ੍ਹਾਂ ਤੁਸੀਂ ਬੀਬੀ ਦਾ ਜ਼ਿਕਰ ਕਰ ਰਹੇ ਹੋ ਉਹਦੀ ਕੋਈ ਸ਼ਨਾਖਤ ਹੀ ਨਹੀਂ ਹੈ ਉਹ ਵਿਚਾਰੀ ਦੀ ਕੋਈ ਸ਼ਨਾਖਤ ਕੋਈ ਨਹੀਂ ਉਹ ਤਾਂ ਆਪਣੇ ਖਾਣ ਵਾਸਤੇ ਆਪਣੇ ਪੀਣ ਵਾਸਤੇ ਕੁਛ ਨਾ ਕੁਛ ਤੇ ਕਰਨਾ ਉਹਨੇ ਬਾਹਰ ਤੇ ਨਿਕਲ ਕੇ ਕੰਮ ਕਰਨਾ ਹੈ ਨਾਦਰਾਂ ਨੂੰ ਵੀ ਇਸ ਹਵਾਲੇ ਨਾਲ ਦੇਖਣਾ ਪਏਗਾ ਲਾਹੌਰ ਦੀ ਕਾਲ ਲੈਣੇ ਅਸਲਾਮ ਅਲੈਕੁਮ ਅਸਲਾਮ ਅਲੈਕੁਮ ਜ਼ਾਨੀ ਸਾਹਿਬ ਇਮਰਾਨ ਸਾਹਿਬ ਵਾਲੇਕੁਮ ਸਲਾਮ ਸਰਕਾਰ ਕੀ ਹਾਲ ਹੈ ਜੀ ਇਜਾਜ਼ ਸਾਹਿਬ ਹੋ ਰਹੇ ਹੋ ਜੀ ਜੀ ਇਜਾਜ਼ ਜੀ ਦੀਸ ਕਰੇ ਸਾਹਿਬ ਜੀ ਇਜਾਜ਼ ਸਾਹਿਬ ਕੀ ਕਹਿੰਦੇ ਹੋ ਸਰਕਾਰ ਮੈਂ ਗੱਲ ਕਰਨਾ ਚਾਹੁੰਦਾ ਸਾਂ ਕਿ ਹੁਣ ਚੌਧਰੀ ਸ਼ਿਦਾਰ ਸਾਹਿਬ ਨੇ ਅੱਜ ਮਿਲਾ ਜੁਲਾ ਕੋ ਦਿੱਤਾ ਪ੍ਰੋਗਰਾਮ ਤੇ ਜੀ ਅਸੀਂ ਮਿਲਣ ਚ ਜਾਂ ਮੁਲਾਕਾਤ ਕਰ ਰਹੇ ਹਾਂ ਐਸਾ ਕਰ ਰਹੇ ਹਾਂ ਹੁਣ ਇਹ ਵਜ਼ਾਰਤ ਨਾਲ ਅੱਜ ਪ੍ਰੋਗਰਾਮ ਚ ਰਹੇਗਾ ਨਾ ਤੇ ਕਾਫ ਲੀਗ ਦੇ ਵਿੱਚ ਕੋ ਮਾਸਾ ਅਸੂਲ ਦੇਖੋ ਜੀ ਕੋਈ ਅਸੂਲ ਵੀ ਤੇ ਇਨਸਾਨ ਨਹੀਂ ਹੁੰਦਾ ਨਾ ਪਾਰਟੀ ਦੇ ਕੋਈ ਮਨਸੂਰ ਜਾਂ ਅਸੂਲ ਵੀ ਹੁੰਦੇ ਨਾ ਕਿ ਜੀ ਪਹਿਲੇ ਤੇ ਇਹ ਪੀਪਲ ਪਾਰਟੀ ਨੂੰ ਕਦੋਂ ਕਾਤਲ ਲਈ ਕਹਿੰਦੇ ਨੇ ਤੇ ਹੁਣ ਕਿਸ ਮੂੰਹ ਨਾਲ ਕਹਿੰਦੇ ਨੇ ਇਹ ਜਿਹੜਾ ਸ਼ਾਹ ਸਾਹਿਬ ਨੇ ਇਹਨਾਂ ਦੇ ਕਾਫ ਲੀਗ ਦੇ ਹਾਂਜੀ ਇਹਨਾਂ ਨੇ ਵੀ ਕਿਹਾ ਸੀ ਜੀ ਅਸੀਂ ਸਵਾਲ ਹੀ ਨਹੀਂ ਪੈਦਾ ਨਹੀਂ ਜਾਵਾਂਗੇ ਚੌਧਰੀ ਪਰਵੇਜ਼ ਨੇ ਕਿਹਾ ਜੀ ਜਿਹੜਾ ਉਸ ਪਾਰਟੀ 'ਚ ਜਾਏਗਾ ਬਹੁਤ ਮਿਹਰਬਾਨੀ ਇਜਾਜ਼ ਸਾਹਿਬ ਬਹੁਤ ਸ਼ੁਕਰੀਆ ਗੱਲ ਲੰਮੀ ਹੋ ਗਈ ਸੀ ਗੱਲ ਉਨੀ ਹੈ ਇਜਾਜ਼ ਸਾਹਿਬ ਦੀ ਗੱਲ ਹੈ ਕਿ ਅਗਰ ਕਾਫ ਵਾਲਾ ਤੇ ਕੋਈ ਅਸੂਲ ਨਹੀਂ ਹੈ ਤੇ ਬਾਕੀਆਂ ਦੇ ਕਿਹੜੇ ਕਸੂਰ ਨੇ ਅੱਛਾ ਇਹਦੇ ਵਿੱਚ ਬਿਲਕੁਲ ਮਗਰ ਇਹਦੇ ਵਿੱਚ ਜਿਹੜੀ ਇਹਨਾਂ ਨੇ ਇੱਕ ਗੱਲ ਕੀਤੀ ਉਹ ਬੜੀ ਮਜ਼ੇ ਦੀ ਗੱਲ ਹੈ ਕਿ ਕਾਤਲ ਲੀਗ ਦੀ ਜਿਹੜੀ ਸਫਾਈ ਦਿੱਤੀ ਗਈ ਹੈ ਸਦਰ ਹਾਊਸ ਵੱਲੋਂ ਵੀ ਤੇ ਅੱਜ ਫਿਰਦੌਸ ਆਸ਼ੇਖ ਆਵਾਨ ਸਾਹਿਬਾਂ ਨੇ ਵੀ ਇਹ ਗੱਲ ਕਹੀਏ ਕਿ ਅਸੀਂ ਇਹਨੂੰ ਕਾਤਲ ਲੀਗ ਨਹੀਂ ਕਿਹਾ ਕਾਤਲ ਲੀਗ ਅਸੀਂ ਉਸ ਲੀਗ ਨੂੰ ਕਹਿ ਰਹੇ ਹਾਂ ਜਿਹਦੀ ਕਿਆਦਤ ਮੁਸ਼ਰਫ ਸਾਹਿਬ ਕਰ ਰਹੇ ਸੀ ਤੇ ਉਹਨਾਂ ਕੋਲੋਂ ਕੋਈ ਪੁੱਛਣ ਵਾਲਾ ਹੋਵੇ ਕਿ ਮੁਸ਼ਰਫ ਸਾਹਿਬ ਨੇ ਤੇ ਕਿਸੇ ਕਾਤਲ ਮੁਸਲਿਮ ਲੀਗ ਦੀ ਜਾਂ ਕਾਤਲ ਲੀਗ ਦੀ ਕਿਆਦਤ ਨਹੀਂ ਕੀਤੀ ਜਿਹੜੀ ਜਮਾਤ ਨੂੰ ਉਹ ਸਰਬਰਾ ਕਿਹਾ ਜਾਂਦਾ ਉਹਦਾ ਪਹਿਲੇ ਮਿਆਜ਼ਰ ਸਾਹਿਬ ਸਨ ਫਿਰ ਉਹਦੇ ਬਾਅਦ ਚੌਧਰੀ ਸ਼ੁਜਾਤ ਸਾਹਿਬ ਆ ਗਏ ਨੇ ਇਹ ਹੀ ਦੋ ਸਦਸਿਆ ਦੇ ਚਲੋ ਇਹ ਤੇ ਗੱਲ ਕਰਨੇ ਆ ਸਾਊਦੀ ਅਰਬ ਦੀ ਕਾਲ ਲੈਨੇ ਆ ਅਸਲਾਮ ਅਲੈਕੁਮ ਸਵਾਲਾ ਕੋਈ ਵਾਲੇਕੁਮ ਸਲਾਮ ਸਰ ਕੀ ਹਾਲ ਹੈ ਠੀਕ ਠਾਕ ਨਾਂ ਦੱਸ ਦਿਓ ਆਪਣਾ ਸਰ ਕੀਰਾ ਵਿੱਚ ਬੱਟੀ ਬਾਤ ਕਰ ਰਹੇ ਅੱਛਾ ਜੀ ਕਿ ਸਾਊਦੀ ਅਰਬ ਦੇ ਕਿਹੜੇ ਸ਼ਹਿਰ ਚੋਂ ਜਿੱਦਾ ਸ਼ਹਿਰ ਸਰ ਅੱਛਾ ਜਿੱਦਾ ਚੋਂ ਜੀ ਕੀ ਕਹੋਗੇ ਸਰ ਇਹ ਕਾਫਲੀ ਜੋ ਅਭੀ ਪੀਪਲ ਪਾਰਟੀ ਸਰ ਮਿਲ ਰਹੀ ਹੈ ये पीपल पार्टी शुरू में इनके साथ क्या किया और ये बातें आप अपने कर रहे हैं अभी पहले इनका क्या था और अभी क्या कर रहे हैं ये लोग ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਉਹੀ ਕਾਫ ਲੀਗ ਕਹਿ ਕੇ ਸ਼ੁਰੂ ਦੇ ਵਿੱਚ ਪੀਪਲਸ ਪਾਰਟੀ ਕੀ ਕਹਿ ਰਹੀ ਸੀ ਕਾਫ ਲੀਗ ਕੀ ਕਹਿ ਰਹੀ ਸੀ ਇੱਕ ਦੂਸਰੇ ਤੇ ਇਲਜ਼ਾਮ ਮੈਂ ਕਹਿੰਦਾ ਜੀ ਕਿਸੇ ਦੀ ਵੀ ਕੋਈ ਅਸੀਂ ਇਸ ਤੋਂ ਪਹਿਲੇ ਜਿਹੜੀ ਗੁਫ਼ਤਗੂ ਕੀਤੀ ਹੈ ਕਿ ਤਮਾਮ ਪੋਲੀਟੀਕਲ ਸਟਰਕਚਰ ਦੇ ਵਿੱਚ ਅਸੀਂ ਦੋ ਇੱਕ ਮਿਸਾਲਾਂ ਪੇਸ਼ ਕੀਤੀਆਂ ਕਿ ਕਾਨੂੰਨ ਜਿਹੜੇ ਨੇ ਚਾਹੇ ਜਿਸ ਵੀ ਹਵਾਲੇ ਨਾਲ ਮੌਜੂਦ ਨੇ ਉਹਨਾਂ 'ਤੇ ਅਮਲ ਨਹੀਂ ਆਉਂਦਾ ਸੋਚ ਦੀ ਤਬਦੀਲੀ ਜਦ ਤੱਕ ਨਹੀਂ ਆਉਂਦੀ ਤੁਹਾਡੇ ਕੋਲ ਮੁਆਸ਼ਰਾ ਬਿਹਤਰ ਨਹੀਂ ਹੋਏਗਾ ਔਰ ਸਿਆਸੀ ਤੌਰ 'ਤੇ ਇੱਕ ਉਹਦੇ ਨੇ ਆਮ ਆਦਮੀ ਅਸੀਂ ਆਮ ਆਦਮੀ ਹਾਂ ਕਿਉਂਕਿ ਉਹ ਅੱਜ ਮੈਂ ਇੱਕ ਐਮਐਲਏ ਕੋਲ ਪੁੱਛਿਆ ਤੇ ਉਹਨੇ ਮੈਨੂੰ ਦੱਸਿਆ ਉਹਨੇ ਕਿਹਾ ਜੀ ਅਸੀਂ ਤਾਂ ਆਪਣਾ ਵੀਆਈਪੀ ਲਿਖਿਆ ਹੁੰਦਾ ਪਾਰਲੀਮੈਂਟੇਰੀਅਨ ਲਿਖਿਆ ਹੁੰਦਾ ਮੋਟਾ ਕਰਕੇ ਐਮਐਲਏ ਜਾਂ ਸੈਨੇਟਰ ਜਦੋਂ ਤੁਸੀਂ ਲਿਖਿਆ ਹੁੰਦਾ ਤੇ ਇਹਦਾ ਮਤਲਬ ਹੈ ਸਾਹਮਣੇ ਆਉਣ ਵਾਲੇ ਟ੍ਰੈਫਿਕ ਵਾਲੀ ਪੁਲਿਸ ਨੂੰ ਦੂਸਰੇ ਇਦਾਰਿਆਂ ਨੂੰ ਆਮ ਆਦਮੀਆਂ ਨੂੰ ਤੁਸੀਂ ਮੈਸੇਜ ਕਨਵੇ ਕਰਦੇ ਹੋ ਕਿ ਅਸੀਂ ਹਾਂ ਜੀ ਇਸ ਮੁਆਸ਼ਰੇ ਦੇ ਬਰਹਮਨ ਸਾਡੇ ਤੇ ਕੋਈ ਕਾਨੂੰਨ ਲਾਗੂ ਨਹੀਂ ਆਉਂਦਾ ਤੁਸੀਂ ਉਹ ਵੀਨਸ ਤੇ ਸ਼ੂਦਰ ਉਹ ਫਿਰ ਕਹਿ ਰਿਹਾ ਸੀ ਕਿ ਜੇ ਇੱਕ ਬੰਦੇ ਕੋਲ ਮੈਂ ਪੁੱਛਿਆ ਕਿ ਤੁਸੀਂ ਗੱਡੀ 'ਤੇ ਇਹ ਲਿਖਿਆ ਹੋਇਆ
ਇਹਦਾ ਕੀ ਮਤਲਬ ਹੈ? ਉਹਨੇ ਕਿਹਾ ਜੀ ਆਮ ਆਦਮੀ, ਅਸੀਂ ਆਮ ਆਦਮੀ, ਆਮ ਆਦਮੀਆਂ ਵਾਸਤੇ ਕਾਨੂੰਨ ਵੀ ਮੌਜੂਦ ਹੈ, ਆਮ ਆਦਮੀਆਂ ਵਾਸਤੇ ਜ਼ਾਬਤੇ ਵੀ ਮੌਜੂਦ ਨੇ, ਜਿਹੜੇ ਪੋਲੀਟੀਕਲ ਲੋਕ ਨੇ, ਚਾਹੇ ਉਹ ਮੁਸਲਿਮ ਲੀਗ ਕਾਫ ਦੇ ਨੇ, ਨੂਨ ਦੇ ਨੇ, ਪੀਪਲਸ ਪਾਰਟੀ ਦੇ ਨੇ, ਜਾਂ ਕਿਸੇ ਵੀ ਜਮਾਤ ਦੇ ਨੇ, ਬਲਕਿ ਜਿਹੜੀ ਦੀਗਰ ਜਮਾਤਾਂ ਦੇਖੋ ਜਿਹਨਾਂ ਦੇ ਕੋਲ ਅਸਲਾ ਵਗੈਰਾ ਵੀ ਹੈ, ਉਹ ਤਾਂ ਜ਼ਿਆਦਾ ਖਤਰਨਾਕ ਨੇ ਇਹਨਾਂ ਕੋਲ। ਫਿਰ ਗੱਲ ਆਖਰ 'ਚ ਆ ਕੇ ਉੱਥੇ ਆ ਜਾਂਦੀ ਹੈ ਕਿ ਜੀ ਇੱਕ ਹੁੰਦਾ ਅਸੂਲ, ਇੱਕ ਹੁੰਦਾ ਹਸੂਲ। ਇਹ ਮੈਂ ਅੱਜ ਇੱਕ ਜਿਹੜੇ MNN ਨੇ, ਮੈਂ ਵੀ ਉਹਨਾਂ ਕੋਲ ਇਹ ਜੁਮਲਾ ਸੁਣ ਰਿਹਾ ਸੀ ਅਤੇ ਮੈਨੂੰ ਬੜਾ ਅਪੀਲ ਕੀਤਾ ਇਹ ਜੁਮਲਾ ਕਿ ਕੁਛ ਸਿਆਸਤ ਕੀਤੀ ਜਾ ਰਹੀ ਹੁੰਦੀ ਹੈ ਕਿਸੇ ਅਸੂਲ ਦੇ ਤਹਿਤ, ਕੁਛ ਸਿਆਸਤ ਕੀਤੀ ਜਾ ਰਹੀ ਹੁੰਦੀ ਹੈ ਕਿਸੇ ਹਸੂਲ ਵਾਸਤੇ। ਅਤੇ ਸਾਡੇ ਪਾਕਿਸਤਾਨ ਦੀ ਜਿਹੜੀ ਸਿਆਸਤ ਅਸੂਲ ਦੇ ਬਾਰੇ ਡਿਟੇਲ ਨਾਲ ਗੱਲ ਕਰਦੇ ਹਾਂ। ਸਾਊਦੀਆ ਦੀ ਇੱਕ ਹੋਰ ਕਾਲ ਲੈਂਦੇ ਹਾਂ। ਅਸਲਾਮ ਵਾਲੇਕੁਮ ਜੀ। ਜਨਾਬ ਇਮਰਾਨ ਸਾਹਿਬ, ਵਾਜਵਾਨੀ ਸਾਹਿਬ, ਸਲਾਮ ਅਲੈਕੁਮ। ਵਾਲੇਕੁਮ ਸਲਾਮ ਜਨਾਬ। ਮੈਂ ਇੱਕ ਤਜਵੀਜ਼ ਤੁਹਾਨੂੰ ਦੇਣਾ ਚਾਹੁੰਦਾ, ਲੇਕਿਨ ਨਾ ਚੀਜ਼ ਜਿਹਾ ਆਦਮੀ ਹੈ ਜੀ ਕਿ ਜਿਸ ਵਕਤ ਸਨ 98 ਦੇ ਵਿੱਚ ਬੰਬ ਧਮਾਕੇ ਹੋਏ ਆ ਨਾ ਜੀ, ਹਾਂਜੀ, ਤੇ ਅਸੀਂ 10 ਰਿਆਲ ਫੀ ਆਦਮੀ ਨੇ ਗੁਜ਼ਾਰੇ ਦੀ ਤਰਫੋਂ, ਵਜ਼ਾਰਤਖਾਨੇ ਦੀ ਤਰਫੋਂ ਪਰਚੀਆਂ ਆਈਆਂ ਸੀ, ਅਸੀਂ ਪੈਸੇ ਇਕੱਠੇ ਕਰਕੇ ਪਾਕਿਸਤਾਨ ਭੇਜੇ ਸੀ। ਠੀਕ। ਪਾਕਿਸਤਾਨੀ ਕੌਮ ਦੇ ਅੰਦਰ ਇਸ ਟਾਈਮ ਸਾਊਦੀਆ ਦੇ ਅੰਦਰ ਇੰਨਾ ਜਜ਼ਬਾ ਕਿ ਅੱਜ ਤੁਸੀਂ ਅਮਰੀਕਾ ਦੀ ਇਮਦਾਦ ਬੰਦ ਕਰ ਦਿਓ, ਇਨਸ਼ਾਅੱਲਾ ਅਸੀਂ ਫਿਰ ਵੀ ਇਤਨਾ ਪੈਸਾ ਦੇ ਸਕਦੇ ਹਾਂ ਇਮਦਾਦ ਦੇ ਤੌਰ ਤੇ, ਜ਼ਬਰਦਸਤ, ਕਿ ਜਿਹੜਾ ਸਾਡੇ ਮੁਲਕ ਦਾ ਨਿਜ਼ਾਮ ਚੱਲ ਜਾਵੇ। ਬਿਲਕੁਲ ਠੀਕ ਹੈ। ਤੁਸੀਂ ਸਾਊਦੀਆ ਦੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਹੋ? ਮੈਂ ਜਨਾਬ ਅਲ ਰਿਆਜ਼ ਤੋਂ ਅਬਦੁਲ ਵਹਾਬ ਬੋਲ ਰਿਹਾ ਹਾਂ। ਤੇ ਦੂਸਰਾ ਜਿਹੜਾ ਇਹ ਪੀਪਲ ਪਾਰਟੀ ਵਾਲੇ ਕਹਿ ਰਹੇ ਨਾ ਕਿ ਬੇਨਜ਼ੀਰ ਪ੍ਰੋਗਰਾਮ ਅਸੀਂ ਬੜਾ ਸ਼ਫਾਫ ਤਰੀਕੇ ਨਾਲ ਕਰਾ ਰਹੇ ਹਾਂ, ਮੈਂ ਇੱਕ ਗ੍ਰਾਂ ਦੇ ਵਿੱਚ ਰਹਿੰਦਾ, ਮੇਰਾ ਗੁਆਂਢੀ ਜਿਹੜਾ ਹੈ 10 ਏਕੜ ਜ਼ਮੀਨ ਦਾ ਮਾਲਕ ਹੈ ਔਰ ਉਹ 1000 ਰੁਪਇਆ ਮਹੀਨਾ ਉਹਦੀ ਵਾਈਫ। ਅੱਛਾ, ਇਹ ਦੱਸੋ ਉਹ ਤੁਹਾਡਾ ਗ੍ਰਾਂ ਕਿਹੜਾ ਵੇ? ਗ੍ਰਾਂ ਮੇਰਾ ਗ੍ਰਾਂ ਜਨਾਬ ਜ਼ਿਲ੍ਹਾ ਖੁਸ਼ਾਬ ਦੇ ਅੰਦਰ ਚੱਕ ਨੰਬਰ 23 MB ਹੈ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਦੇਖੋ ਜੀ, ਵਹਾਬ ਸਾਹਿਬ ਅਲ ਰਿਆਜ਼ ਸਾਊਦੀ ਅਰਬ ਤੋਂ ਬੋਲ ਰਿਹਾ ਸਰ। ਉਹ ਕਹਿ ਰਹੇ ਕਿ ਬਈ ਮਾਜ਼ੀ ਦੇ ਵਿੱਚ ਵੀ ਜਦੋਂ ਮੁਸ਼ਕਿਲ ਵਕਤ ਆਇਆ ਪਾਕਿਸਤਾਨ 'ਤੇ, ਤਾਂ ਸਾਡੇ ਲੋਕਾਂ ਨੇ 10-10, 20-20, 50-100 ਰਿਆਲ ਜਿਹਦੀ ਜੋ ਹਿੰਮਤ ਸੀ ਉਹ ਦਿੱਤਾ। ਅੱਜ ਵੀ ਅਗਰ ਅਮਰੀਕਾ ਕਰਜ਼ਾ ਬੰਦ ਕਰਦਾ, ਲੇਕਿਨ ਤੁਹਾਨੂੰ ਯਾਦ ਹੋਏਗਾ ਮੀਆਂ ਨਵਾਜ਼ ਸ਼ਰੀਫ ਸਾਹਿਬ ਨੇ ਵੀ ਇੱਕ ਸਕੀਮ ਸ਼ੁਰੂ ਕੀਤੀ, ਕਰਜ਼ ਉਤਾਰੋ ਮੁਲਕ ਸੰਵਾਰੋ। ਅੱਜ ਤੱਕ ਉਹਨਾਂ ਪੈਸਿਆਂ ਦਾ ਕਹਿੰਦੇ ਨੇ ਪਤਾ ਨਹੀਂ ਚੱਲਿਆ, ਇਹ ਦੂਸਰੀ ਜਮਾਤਾਂ ਵਾਲੇ ਕਹਿੰਦੇ, ਇਹ ਕਹਿੰਦੇ ਨੇ ਅਸੀਂ ਦੇ ਦਿੱਤਾ ਐਸਾ ਚੀਜ਼ ਇਹ ਵੇ ਕਿ ਅੱਜ ਵੀ, ਲੇਕਿਨ ਜਿਹੜੀ ਅਫਸੋਸਨਾਕ ਸੂਰਤ ਹਾਲ ਉਹਨਾਂ ਨੇ ਦੱਸੀ ਕਿ ਉਸ ਗ੍ਰਾਂ 'ਚ ਜਿਹੜਾ ਕਈ ਏਕੜ ਜ਼ਮੀਨ ਦਾ ਮਾਲਕ ਹੈ ਅਤੇ ਉਹ 1000 ਰੁਪਇਆ ਉਹਨਾਂ ਗਰੀਬਾਂ ਦਾ ਲੈਂਦਾ, ਇਹਦੇ ਬਾਰੇ ਗੱਲ ਕਰਾਂਗੇ। ਕਾਲ ਲੈਂਦੇ। ਅਸਲਾਮ ਅਲੈਕੁਮ। ਹੈਲੋ, ਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ। ਹਾਂਜੀ, ਰੌਣਾ ਜ਼ੁਲਫਕਾਰ ਅਲੀ ਫੈਸਲਾ ਬੋਲ। ਜੀ ਜੀ, ਗੁਜ਼ਾਰਿਸ਼ ਇਹ ਕਰਨਾ ਚਾਹੁੰਦਾ ਜਨਾਬ ਜੀ ਕਿ ਇਹ ਲੋਡ ਸ਼ੈਡਿੰਗ ਜਿਹੜੀ ਹੁੰਦੀ ਪਈ ਹੈ ਪੰਜਾਬ ਵਿੱਚ, ਇਹ ਥੋੜੀ ਜਿਹੀ ਜ਼ਰਦਾਰੀ ਸਾਹਿਬ ਆਪਣੇ ਇਲਾਕੇ 'ਚ ਕਰ ਲਵਾਂ। ਉੱਥੇ ਨਵਾਬ ਸ਼ਾਹ 'ਚ ਹੀ ਹੋ ਰਹੀ ਹੈ ਮੇਰੇ ਖਿਆਲ, ਲੋਡ ਸ਼ੈਡਿੰਗ ਤਾਂ ਪੂਰੇ ਮੁਲਕ 'ਚ ਨਹੀਂ ਹੋ ਰਹੀ। ਨਹੀਂ, ਉਹ ਥੋੜਾ ਜਿਹਾ ਜਿੱਥੇ ਕਿ ਇਹਨਾਂ ਦਾ ਉਜੜਿਆ ਜਿਹਾ ਡੇਰਾ ਹੈ ਨਾ ਜੀ, ਹਾਂ, ਉੱਥੇ ਥੋੜਾ ਜਿਹਾ ਹੋਰ ਜ਼ਿਆਦਾ ਪਾਣੀ। ਨਾ ਨਾ ਨਾ, ਉਹ ਡੇਰਾ 'ਤੇ ਨਹੀਂ ਆਉਂਦੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਇਹ ਤਾਂ ਬਿਲਕੁਲ ਹੀ ਜਿਹੜਾ ਹੈ ਨਾ ਜੀ, ਉਹਨਾਂ ਦੀ ਦਿਲ ਦੀ ਗੱਲ ਕਿ ਜੀ ਉੱਥੇ ਹੋਵੇ, ਉੱਥੇ ਤਾਂ ਇੱਕ ਸੈਕਿੰਡ ਵਾਸਤੇ ਵੀ ਨਹੀਂ ਆਉਂਦੀ, ਕਿਉਂਕਿ ਨਿਜ਼ਾਮ ਚੱਲਣਾ ਹੈ, ਪਾਰਲੀਮੈਂਟ ਦਾ ਵੀ, ਅਵਾਨ ਸਦਰ ਦਾ, ਪ੍ਰਾਈਮ ਮਿਨਿਸਟਰ ਹਾਊਸ ਦਾ। ਲੇਕਿਨ ਲੋਡ ਸ਼ੈਡਿੰਗ ਇੱਕ ਬਹੁਤ ਬੜੀ ਵਬਾ ਹੈ ਇਸ ਵਕਤ, ਲੇਕਿਨ ਪ੍ਰੋਬਲਮ ਇੱਦਾਂ ਹੈ ਕਿ ਕਿਸੇ ਜ਼ਮਾਨੇ ਦੇ ਵਿੱਚ ਪਰਵੇਜ਼ ਅਸ਼ਰਫ ਸਾਹਿਬ ਨੇ 1 ਸਾਲ ਦਾ ਪੀਰੀਅਡ ਦਿੱਤਾ ਸੀ ਅਤੇ ਅੱਜ ਤੱਕ ਉਹ ਭੁਗਤ ਰਹੇ ਨੇ, ਆਪਣੀ ਵਜ਼ਾਰਤ ਤੋਂ ਵੀ ਹੱਥ ਧੋ ਬੈਠੇ। ਔਰ ਜ਼ਿਆਦਾ ਐਲੀਗੇਸ਼ਨ ਉਹਨਾਂ 'ਤੇ ਇਹ ਵੇ ਕਿ ਤੁਸੀਂ ਟਾਈਮ ਕਿਉਂ ਦਿੱਤਾ ਸੀ, ਔਰ ਵਜ਼ੀਰ ਆਜ਼ਮ ਨੇ ਬਾਅਦ 'ਚ ਕਿਹਾ ਕਿ ਇਹੋ ਜਿਹੇ ਚੀਜ਼ਾਂ 'ਚ ਟਾਈਮ ਨਹੀਂ ਦੇਈਦਾ। ਅੱਜ ਤੱਕ ਵਜ਼ੀਰ ਆਜ਼ਮ ਨੇ ਕਿਸੇ ਚੀਜ਼ ਦਾ ਟਾਈਮ ਨਹੀਂ ਦਿੱਤਾ। ਖਾਸ ਗੱਲ ਇੱਕ ਜਿਹੜੀ ਮੈਂ ਚਾਹੁੰਦਾ ਕਿ ਸੋਚ ਬਦਲਾਂ, ਫਿਰ ਉਹ ਕੁੜੀਆਂ ਵਾਲੇ ਪਾਸੇ ਆਉਂਦੇ ਕਿ ਸੋਚ ਨੂੰ ਬਦਲੋ, ਵਿਜ਼ਨ ਅਤੇ ਜ਼ਮੀਨ ਨਹੀਂ ਹੈ, ਸੈਕੜਾਂ ਏਕੜ ਜ਼ਮੀਨ ਹੈ, ਉਹ ਗਰੀਬ ਆਦਮੀ 'ਤੇ ਨਹੀਂ। ਉਹਦੀ ਬੁੱਢੀ 1000 ਰੁਪਇਆ ਲੈਂਦੀ ਹੈ ਅਤੇ ਸ਼ਰਮ ਅਤੇ ਅਫਸੋਸ ਰੱਖ। ਦੇਖੋ ਹਸ਼ਵਾਨੀ ਸਾਹਿਬ, ਇਹ ਸੋਚ ਬਦਲਣ ਦਾ